ਤੇ ਉਦੋਂ ਕਹਿੰਦੇ ਹੋਣੇ ਦੀਵਾ ਇੱਕ ਦਰਵਾਜ਼ੇ ਤੇ ਇਧਰ ਰੱਖ ਤੇ ਇੱਕ ਉਧਰ ਰੱਖ ਆਲਮਾਰੀਆਂ ਚ ਕਿਤੇ ਸੋਨਾ ਚਾਂਦੀ ਕਿਸੇ ਵੇਲੇ ਰੱਖਿਆ ਜਾਂਦਾ ਹੋਣਾ ਪੀਸ ਆ ਪੀਸ ਆ ਪੀਸ ਆ ਪੀਸ ਇੱਥੇ ਟੁੱਟੇ ਬਾਲੇ ਵੀਰ ਕਹਿੰਦਾ ਉਧਰ ਨਹੀਂ ਜਾਣਾ ਤੂੰ ਜੜ ਗਿਆ ਸੀ ਕਲਸਗਾ ਸਾਡਾ ਪਿੰਡ ਆ ਇਹ ਬੜਾ ਡੇਂਜਰਸ ਆ ਕੰਮ ਹੈ ਤੇ ਜਦੋਂ ਮਰਜੀ ਉਹ ਉਤਲੀ ਮੰਜ਼ਲ ਤੋਂ ਡਿੱਗ ਸਕਦਾ ਸੋ ਇਧਰੋਂ ਆਪਾਂ ਆਏ ਆ ਇਹ ਦਫਤੂ ਪਿੰਡ ਆ ਜੀ ਪਿੰਡ ਦਾ ਨਾਮ ਆਕੰਧ ਸ਼ੁਰੂ ਹੋ ਗਈ ਹੈ ਤੇ ਇਧਰ ਗਲੀ ਦੇ ਵਿੱਚ ਗੁੰਬਦ ਵੇਖੋ ਇਸ ਗੁਰਦਾਰ ਸਾਹਿਬ ਜੀ ਦਾ ਕੋਈ ਇਤਿਹਾਸਕ ਪੱਖ ਐ ਸੱਚਤ ਨਹੀਂ ਮਿਲਦਾ ਵੀ ਇਹ ਗੁਰਦਾਰਾ ਸਾਹਿਬ ਜਿਵੇਂ ਇਤਿਹਾਸਕ ਹੋਵੇ ਗੁਰੂ ਸਾਹਿਬਾਂ ਦਾ ਪਰ ਗੁਰਦਾਰਾ ਸਾਹਿਬ ਬਹੁਤ ਵੱਡਾ ਹੈ ਅੱਜ ਇੱਥੇ ਲੋਕ ਰਹਿੰਦੇ ਆਪਾਂ ਇਧਰ ਅੰਦਰ ਚੱਲੇ ਆ ਆ ਵੀ ਅੱਗੋਂ ਡਿੱਗ ਚੁੱਕਾ ਮਥਾ ਆਹ ਦਰਵਾਜੇ ਤੇ ਅਸਲੀ ਲੱਗਦੇ ਆ ਜੀ ਤਖਤੀ ਵੀ ਲੱਗੀ ਸੀ ਜਿਸ ਦੇ ਉੱਤੇ ਲਿਖਿਆ ਸੀ ਕਿ ਗੁਰਦਵਾਰ ਸਾਹਿਬ ਦਾ ਨਾਮ ਅੱਛਾ ਇਹ ਲੋਕਲ ਗੁਰਦੁਆਰੇ ਜਿਵੇਂ ਹੁੰਦੇ ਪਿੰਡਾਂ ਵਿੱਚ ਇਹ ਲੋਕਲ ਗੁਰਦਾਰਾ ਸਾਹਿਬ ਆਹ ਸ਼ਤ ਥੋੜਾ ਜਿਹਾ ਇੱਕ ਪਾਸਾ ਰਹਿ ਗਿਆ ਆ ਵਿੱਚੋਂ ਦਰਾ ਛੱਤ ਵਾਲਾ ਡਿੱਗ ਚੁੱਕਾ ਆ ਚਗਾਠ ਹੈਗੀ ਉੱਤੇ ਕੋਈ ਛ ਡਿੱਗਣੀ ਵਾਲੇ ਭਾਵੇਂ ਹੁਣ ਡਿੱਗ ਪਣ ਵੇਖਦੇ ਆ ਵੇਖਦੇ ਇੰਨੇ ਬੁਰੇ ਹਾਲਾਤਾਂ ਚ ਉਹ ਦਰਵਾਜ਼ਾ ਹੁਣ ਉੱਪਰ ਵੀ ਆ ਉਧਰੋਂ ਐਨੂੰ ਖੁੱਲਦਾ ਸੀਗਾ ਪਿਛਲਾ ਪਾਸਾ ਜਿਹੜਾ ਕਿੱਲ ਹੀ ਕਿੱਲ ਹੁੰਦੇ ਨਾ ਉਹ ਦਿਖਦਾ ਦਰਵਾਜ਼ੇ ਦਾ ਸੋ ਆਪਾਂ ਹੁਣ ਅੰਦਰ ਚੱਲੇ ਆ ਭੈਣਜੀ ਪਰਿਵਾਰ ਨੂੰ ਦੱਸ ਆਏ ਆ ਪਰਿਵਾਰ ਵਾਲੇ ਕਹਿੰਦੇ ਕੋਈ ਗੱਲ ਨਹੀਂ ਅੰਦਰ ਆ ਜਾਓ ਸੋ ਇੱਕ ਕਮਰਾ ਨਿਕਲ ਕੇ ਹੁਣ ਆ ਵੀ ਬਰਾਂਡਾ ਹੈ ਜੀ ਓਹ ਹੋ ਹੋ ਵੇਖੋ ਕੀ ਹਾਲਤ ਹੋਏ ਪਏ ਇਹ ਵੀ ਡਿੱਗਾ। ਉਹ ਉਤਲੀ ਛੱਤ ਦੇ ਵਿੱਚ ਵੀ ਸਭ ਤੁਹਾਨੂੰ ਲਾਈਟ ਦਿਖਣ ਦੇ ਵਿੱਚ ਆਉਂਦੀ। ਇਹ ਬੜਾ ਡੇਂਜਰਸ ਆ ਕੰਮ ਹੈ ਤੇ ਜਦੋਂ ਮਰਜੀ ਉਹ ਉਤਲੀ ਮੰਜ਼ਲ ਤੋਂ ਡਿੱਗ ਸਕਦਾ ਹੈ। ਆ ਵੇਖੋ ਆ ਛੱਤ ਹੁਣ ਡਿੱਗ ਚੁੱਕੀ ਇੱਥੋਂ। ਆ ਬੱਸ ਹਾਂਜੀ ਪੁੱਤਰ ਠੀਕ ਠਾਕ ਹੈ। ਠੀਕ ਆ ਭਾਜੀ ਆ ਜਿਓ। ਅੱਗੇ ਜੀ ਆਗੇ। ਦੇਖੋ ਜਿਵੇਂ ਕੋ ਮਾਤਾ ਜੀ ਠੀਕ ਠਾਕ ਜੇ। ਠੀਕ ਆ। ਚਲੋ ਸ਼ੁਕਰ ਹੈ ਸ਼ੁਕਰ ਰੱਬ ਦਾ। ਹਾਂਜੀ ਮਾਤਾ ਜੀ ਕਦੋਂ ਕਤੋਂ ਰਹਿੰਦੇ ਜੇ ਇੱਥੇ। ਹਾਲੀਆ ਸੀ ਜਦੋਂ ਜਮੈਂ ਇੱਥੇ ਆ। ਅੱਛਾ ਇਹ ਸੰਤ ਪਾਕਿਸਤਾਨੀ ਬਣਿਆ। ਹਾਂਜੀ। ਤੂੰ ਜੜ ਗਿਆ ਸੀ ਕਲਸੀਆਂ ਦਾ ਸਾਡਾ ਪਿੰਡ ਆ। ਕਲਸੀਆਂ ਕਿੱਥੇ ਕਿਜੀ ਐ? ਕਲਸੀਆਂ ਆ ਬਾਰਡਰ ਤੇ। ਅੱਛਾ। ਕਿਹੜਾ ਜ਼ਿਲ੍ਹਾ ਸੀ? ਜ਼ਿਲ੍ਹਾ ਕਿਹੜਾ ਐ? ਕਲਸੀਆਂ ਐ ਤੇ ਨਾਂ ਦਾਦਕੇ ਮੇਰੇ ਕਲਸੀਆਂ ਦੇ ਨਾਨਕੇ ਮੇਰੇ ਬਰਕੀ ਧਿਆਰੇ ਦੇ। ਆ ਜਿਹੜਾ ਸੀ ਆ ਤਾਂ ਖੁੱਲਾ ਸੀ ਕਿ ਇੱਥੇ ਤੋਂ ਨਹੀਂ ਛੱਤ ਸੀ ਤੇ ਖੁੱਲਾ ਸੀ ਐ। ਆ ਨਹੀਂ ਇੱਥੇ ਕੋਈ ਛੱਤ ਨਹੀਂ ਸੀ। ਹਾਂ ਵਿੜਾ ਸੀ ਖੁੱਲਾ। ਹਾਂ। ਤੇ ਇਧਰ ਆ ਕਮਰੇ ਹੀ। ਹਾਂਜੀ। ਇਹ ਵੀ ਗੁਰਦੁਆਰੇ ਦਾ ਹਿੱਸਾ ਹੀ ਸੀਗਾ। ਹਾਂਜੀ ਸਾਰਾ ਹੀ ਸੀ। अच्छा ਹੁਣ ਇੱਥੇ ਸਾਰੇ ਆਪਣੇ ਪਰਿਵਾਰ ਰਹਿੰਦੇ ਆ ਹਾਂਜੀ ਅੱਛਾ ਚਲੋ ਵਧੀਆ ਆ ਵੀ ਇਹ ਇੱਧਰ ਆ ਰਾਹ ਜਾਂਦਾ ਲੱਗਦਾ ਗੁਰਦੁਆਰੇ ਸਾਨੂੰ ਸੋ ਆ ਭਾਈ ਕੰਦਾ ਹਨ ਤੇ ਨਲਕਾ ਵੀ ਲੱਗਾ ਵਿੜੇ ਦੇ ਵਿੱਚ ਸੋ ਚਲੋ ਆਪਾਂ ਅੰਦਰ ਚੱਲਦੇ ਆ ਇੱਧਰ ਦਰਸ਼ ਮੇਲੇ ਕਰਨਾ ਆ ਵੇਖੋ ਲੱਕੜ ਦਾ ਦਰਵਾਜ਼ਾ ਕਿੰਨਾ ਸੋਹਣਾ ਆ ਝਰਨਾ ਜਿਹੜਾ ਸੀ ਹੁਣ ਪਾਟ ਹੀ ਗਿਆ ਲੋਹਾ ਸਾਰਾ ਇਟਾਂ ਵੀ ਜਿੱਦਾਂ ਜਿੱਦਾਂ ਇਹਨਾਂ ਚੋਂ ਚੂਨਾ ਖੁਰਦਾ ਗਿਆ ਖੁਰਦਾ ਹੀ ਗਿਆ ਖਤਮ ਹੁੰਦੀ ਗਈ ਕਹਾਣੀ ਇਹਦੀ ਤੇ ਚਗਾਠ ਜਿਹੜੀ ਆ ਇਹਨੂੰ ਜਿਉਂ ਇੱਕ ਵਾਰੀ ਬੂਹੇ ਲੱਥੇ ਮੁੜ ਕੇ ਲੱਗਦਾ ਹੀ ਨਹੀਂ ਲੱਗੇ ਇਹਦੇ ਵਿੱਚ ਸੋ ਇੱਕ ਹੋਰ ਕਮਰਾ ਹੈ ਇਧਰ ਆ ਵੀ ਦਰਵਾਜ਼ਾ ਲੱਗਾ ਤੇ ਦਰਵਾਜ਼ੇ ਦੇ ਉੱਤੇ ਲੋਕ ਵੀ ਲੱਗਾ ਹੋਇਆ ਤੇ ਅੰਦਰ ਚਲੀਏ ਆਪਾਂ ਇਹ ਅਸਲੀ ਵੇੜਾ ਆ ਗਿਆ ਹੁਣ ਦੂਜੇ ਪਾਸੇ ਗੁਰਦੁਆਰਾ ਸਾਹਿਬ ਜੀ ਵਾਲਾ ਸੋ ਛੱਤਾਂ ਤਾਂ ਭਾਈ ਇਧਰ ਵੀ ਡਿੱਗ ਚੁੱਕੀਆਂ ਬਹੁਤ ਵੱਡੀ ਸ਼ਤੌਤ ਸੀ ਜੇ ਗੁਰਦੁਆਰਾ ਸਾਹਿਬ ਇਹ ਪਿੰਡ ਦਾ ਵੀ ਸੀ ਤਾਂ ਵੀ ਇਹ ਕੋਈ ਵੱਡੀ ਗੱਲ ਸੀਗੀ ਜਿਹੜਾ ਇੰਨਾ ਵੱਡਾ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਬਣਾਇਆ ਹੋਇਆ ਆ ਵੇਖੀਏ ਪਹਿਲਾਂ ਆਪਾਂ ਆ ਜਿਹੜੇ ਥਾਮਾ ਗੁਰਦੁਰ ਸਾਹਿਬ ਜੀ ਦੇ ਗੋਲ ਇਹਨਾਂ ਦੇ ਉੱਤੇ ਤੇ ਹੁਣ ਜਿਵੇਂ ਉਹ ਮਿੱਟੀ ਨਹੀਂ ਆਪਾਂ ਪੋਚਦੇ ਉਦਾਂ ਲਾਈ ਹੋਈ ਕੀਤੀ ਹੋਈ ਹੈ ਆਪਣੇ ਤਰੀਕੇ ਦੇ ਨਾਲ ਸਜਾਵਟ ਕਰਨ ਦੀ ਕੋਸ਼ਿਸ਼ ਕੀਤੀ ਸੋ ਇਹ ਕਮਰੇ ਆ ਜੀ ਅਸਲੀ ਕਮਰੇ ਅਸਲੀ ਦਰਵਾਜੇ ਆ ਬੰਦ ਹੋ ਗਿਆ ਆ ਛੱਤਾਂ ਵੀ ਅਸਲੀ ਆ ਲੱਕੜ ਦੀਆਂ ਛੱਤਾਂ ਕਿੰਡੀਆਂ ਸੋਹਣੀਆਂ ਉਦੋਂ ਤੇ ਇਹ ਗੁਰਦੁਰ ਸਾਹਿਬ ਵੀ ਕਿਸੇ ਖਾਸ ਪਰਪਸਲੀ ਕਿਸੇ ਖਾਸ ਮਨੁੱਖ ਨਹੀਂ ਬਣਾਇਆ ਕਿਉਂਕਿ ਆਮ ਜੇ ਅਸੀਂ ਸੋਚੀਏ ਪਿੰਡ ਚੋਂ ਇੰਨਾ ਵਧੀਆ ਗੁਰਦਵਾਰਾ ਸਬਣਾਉਣਾ ਤਾਂ ਸ਼ਾਇਦ ਇੰਨਾ ਪੋਸੀਬਲ ਨਾ ਹੋਵੇ ਵੈਸੇ ਪੈਂਜੀ ਹੁਣੀ ਦੱਸ ਰਹੀ ਹੀ ਵੀ ਇਹ ਸਾਰਾ ਸਿੱਖਾਂ ਦਾ ਹੀ ਪਿੰਡ ਸੀਗਾ ਤੇ Hindu ਵੀ ਰਹਿੰਦੇ ਸੀ ਇੱਥੇ ਹੁਣ ਇੱਥੇ ਸਾਰੇ ਮੁਸਲਮਾਨੀ ਇੱਥੋਂ ਸਾਰੇ ਜਿਹੜੇ ਚਲੇ ਗਏ ਆਪਣੇ ਸਿੱਖ ਤੇ Hindu ਇੱਥੋਂ ਚਲੇ ਗਏ ਤੇ ਮੁਸਲਮਾਨ ਵੀਰ ਇੱਥੇ ਆ ਕੇ ਵਸ ਗਏ ਤੇ ਇਹ ਦਰਵਾਜ਼ੇ ਆ ਜੀ ਕਮਰੇ ਚ ਕਮਰੇ ਕਮਰਿਆਂ ਚ ਹੀ ਕਮਰੇ ਅੱਗੇ ਕਿ ਆ ਵੇਖੋ ਆ ਆ ਕਮਰਾ ਹਾਉਲ ਆ ਪਿੱਛੇ ਹੋਰ ਕਮਰਾ ਸੋ ਕਮਰੇ ਹੀ ਆ ਆ ਇਧਰ ਉਹ ਦਰਾਉਣੇ ਜੇ ਲੱਗ ਰਹੇ ਪੇਟੀ ਪਈ ਐ ਸਮਾਨ ਪਿਆ ਐ ਤੇ ਉਦਾਂ ਹੀ ਬਸ ਖਤਮ ਦੀ ਕਹਾਣੀ ਵਰਗੇ ਕਮਰੇ ਆ ਜੀ ਕਿੰਨੇ ਸੋਹਣੇ ਹਵੇਲੀ ਸੀ ਹੁਣ ਤਨੇ ਰਹੀ ਨੇ ਰੋ ਗਿਆ ਅੰਦਰ ਉਹ ਜਿੱਧਰ ਮੇਰੇ ਪਿੱਛੇ ਪਿੱਛੇ ਰਹਿਣਾ ਹਾਂਜੀ ਆਪਾਂ ਇਧਰ ਹੀ ਜਾਂਦੇ ਆ ਇੱਥੇ ਟੁੱਟੇ ਵਾਲੇ ਵੀਰ ਕਹਿੰਦਾ ਉਧਰ ਨਹੀਂ ਜਾਣਾ ਕੱਪੜੇ ਸੁੱਕਣੇ ਪਏ ਹੋਏ ਆ ਆ ਦਰਵਾਜ਼ੇ ਜਿਹੜੇ ਨਾ ਸਾਰੇ ਵੇਖੋ ਕੱਲਾ ਕੱਲਾ ਪੀਸ ਕੱਟਿਆ ਜਾਂਦਾ ਸੀ ਇੰਨਾ ਪੀਸ ਇਧਰੋਂ ਆ ਪੀਸ ਆ ਪੀਸ ਆ ਪੀਸ ਆ ਪੀਸ ਕਿੰਨੇ ਪੀਸ ਜੁੜ-ਜੁੜ ਕੇ ਡਿਜ਼ਾਈਨ ਬਣਦਾ ਸੀ ਹੁਣ ਅਸੀਂ ਵੇਖਣਾ ਲੈਣ ਕਹਿਣਾ ਕੀ ਕੀਤਾ ਆ ਵੀ ਕਿਲ ਨਟ ਮਾਰੇ ਆ ਤਿੰਨ ਚਾਰ ਪਰ ਇਹ ਅਸਲ ਚ ਉਸ ਵੇਲੇ ਦਾ ਸਭ ਤੋਂ ਜਿਹੜਾ ਪ੍ਰੀਮੀਅਮ ਪ੍ਰੋਡਕਟ ਹੋਣਾ ਉਹ ਹੋਣਾ ਆ ਵੇਖੋ ਹੁਣ ਉਤੋਂ ਦੀ ਦਰਵਾਜ਼ੇ ਦੇ ਮਗੋਰਾ ਇੱਥੇ ਅੰਦਰ ਚਲੇ ਗਏ ਆਪਾਂ ਇਹ ਦਰਵਾਜ਼ੇ ਤੇ ਅੰਦਰ ਜਾ ਕੇ ਦਰਾਜਾ ਬੰਦ ਹੈ ਤੇ ਕਮਰਾ ਉਹੀ ਹੈ ਜਿੱਦਾਂ ਬਾਕੀ ਹੁੰਦਾ ਹੈ ਇਹ ਛੱਤ ਵੇਖ ਲਓ ਜੀ ਤੁਸੀਂ ਹੁਣ ਛੱਤ ਜਿਹੜੀ ਇਹਦੀ ਕੀ ਹਾਲਤ ਆ ਇੱਥੇ ਨਾ ਅੰਦਰ ਕੁੰਡੇ ਲੱਗੇ ਹੋਏ ਨੁਕਰਾਂ ਦੇ ਵਿੱਚ ਚੰਦੋਆ ਸਾਹਿਬ ਵਾਲੇ ਤਾਂ ਡਿਜ਼ਾਈਨਿੰਗ ਆਰਟਵਰਕ ਬਹੁਤ ਸੋਹਣਾ ਬਣਿਆ ਹੋਇਆ ਸੀ ਅੰਦਰ ਤਾਂ ਨਹੀਂ ਜਾ ਸਕੇ ਦਰਵਾਜ਼ਾ ਬੰਦ ਹੈ ਤੇ ਵੀਰ ਦੱਸ ਰਹੇ ਵੀ ਇੱਥੇ ਇੱਕ ਘੰਟੀ ਲੱਗੀ ਹੁੰਦੀ ਸੀ ਸੋ ਇੱਥੇ ਕੁੰਡਾ ਲੱਗਾ ਹੁੰਦਾ ਸੀ ਘੰਟੀ ਤੇ ਇਹਦੇ ਦੱਸਣ ਮੁਤਾਬਕ ਵੀਰ ਦੇ ਵੀ ਉਹ ਘੰਟੀ ਤੇ ਜਾ ਕੇ ਇਕੱਠੇ ਕੀਤੇ ਜਾਂਦੇ ਸੀ ਲੋਕ ਵੀ ਰੋਟੀ ਪਾਣੀ ਖਾ ਲੋ ਉਹ ਪਤਾ ਨਹੀਂ ਬਾਕੀ ਸੱਚ ਸੋ ਅੱਜ ਨਾਲ ਹੀ ਆ ਮਸਜਿਦ ਦਾ ਮਨਾਰ ਹੈ ਤੇ ਨਾਲ ਇਹ ਗੁਰਦਰਾ ਸਾਹਿਬ ਜੀ ਦਾ ਅੱਜ ਵੀ ਇਹ ਨਿਸ਼ਾਨ ਹਨ ਹੁਣ ਇਹ ਨਹੀਂ ਪਤਾ ਵੀ ਇਹ ਕਿੰਨੇ ਦਿਨ ਹੋਰ ਹਨ ਕਿਉਂਕਿ ਜਿਹੜੇ ਹਾਲਾਤ ਹਨ ਕਿ ਕਿਸੇ ਵੀ ਟਾਈਮ ਸਾਰੀ ਦੀ ਸਾਰੀ ਬਿਲਡਿੰਗ ਕਲੈਪਸ ਹੋ ਸਕਦੀ ਹੈ ਜਿੰਨੀ ਇਹਦੇ ਹਾਲਾਤ ਨਾਜ਼ੁਕ ਹਨ ਤੇ ਇਧਰੋਂ ਤੁਸੀਂ ਵੇਖੋ ਆ ਹੁਣ ਆਪਾਂ ਛੱਤ ਤੇ ਖੜੇ ਆ ਆ ਛੱਤ ਡਿੱਗ ਚੁੱਕੀ ਹੈ ਕਮਰਾ ਹੈ ਛੱਤ ਡਿੱਗ ਚੁੱਕੀ ਹੈ ਇਸ ਤੋਂ ਪਰਾਂ ਡਿੱਗ ਚੁੱਕੀ ਹੈ ਆ ਵਿੱਚ ਵਿੜਾ ਸੀਗਾ ਉਹ ਪੌੜੀਆਂ ਪਰੇ ਜਿੱਥੋਂ ਅਸੀਂ ਚੜ ਕੇ ਆਏ ਆ ਤੇ ਪਰਲੇ ਪਾਸੇ ਇੱਕ ਵੇੜਾ ਇੱਕ ਇਧਰ ਆ ਹੁਣ ਹੈ ਤੇ ਬਹੁਤ ਸੋਹਣਾ ਸੀ ਮੰਨ ਲਓ ਜਿਵੇਂ ਇੱਥੇ ਰਹਿੰਦੇ ਵੀ ਸੀ ਜੇ ਵਿਚਾਰੇ ਸਾਂਭ ਸਕਦੇ ਚਾਰ ਪੈਸੇ ਹੁੰਦੇ ਤੇ ਇਹੀ ਘਰ ਜਿਹੜੇ ਮੁਹੱਲਾ ਵਰਗੇ ਸੀਗੇ ਅੱਜ ਕੱਲ ਅਸੀਂ ਇਹੋ ਜਿਹੇ ਪੁਰਾਣੇ ਘਰ ਫਿਲਮਾਂ 'ਚ ਤੇ ਲੋਕ ਵੇਖਣਾ ਪਸੰਦ ਕਰਦੇ ਪਰ ਆਪ ਰਹਿਣਾ ਨਹੀਂ ਪਸੰਦ ਕਰਦੇ ਇੰਨਾ 'ਚ ਸੱਚੇ ਏ ਕੌੜਾ ਆ ਗੁਰਦੁਆਰਾ ਸਾਹਿਬ ਜੀ ਦੇ ਨਾਲ ਇੱਕ ਹੋਰ ਘਰ ਆ ਉਹ ਵੀ ਵੀਰ ਦੱਸ ਰਿਹਾ ਕਿ ਸ਼ਾਇਦ ਗੁਰਦੁਆਰਾ ਸਾਹਿਬ ਜੀ ਦੀ ਮਾਲਕੀਅਤ ਹੀ ਕਹਿੰਦਾ ਇੱਕ ਬੋਰਡ ਲੱਗਾ ਹੈ ਬਾਹਰ ਆਪਾਂ ਦੇਖਦੇ ਆਂ ਜਾ ਕੇ ਜੇ ਗੁਰਮੁਖੀ 'ਚ ਹੋਇਆ ਤਾਂ ਫਿਰ ਪੜ੍ਹਦੇ ਆਂ ਮਾਲਕੀਅਤ ਹੈ ਜੀ ਗੁਰਦੁਰ ਸਾਹਿਬ ਜੀ ਆ ਬੰਦ ਹੋ ਗਏ ਚਲੋ ਇਹ ਤਾਂ ਹੁਣ ਜਿੰਨੇ ਸਥਾਨਾਂ ਤੇ ਜਾਂਦੇ ਐ ਲੱਗਦਾ ਜਿਵੇਂ ਸੇਮ ਹੀ ਸਟੋਰੀ ਚੱਲੀ ਜਾਂਦੀ ਸਾਰੇ ਥਾਂ ਤੇ ਹੀ ਹੋ ਸਕਦਾ ਤੁਹਾਨੂੰ ਵੇਖਣ ਨੂੰ ਲੱਗੇ ਕੀ ਦਿਖਾਈ ਜਾਂਦੇ ਐ ਪਰ ਇਹ ਸਾਡੀਆਂ ਜਾਂਦਾ ਆ ਕਮਰਾ ਆਲਮਾਰੀਆਂ ਚ ਕਿਤੇ ਸੋਨਾ ਚਾਂਦੀ ਕਿਸ ਵੇਲੇ ਰੱਖਿਆ ਜਾਂਦਾ ਹੋਣਾ ਪਹਿਲੀ ਮੰਜ਼ਲ ਦੇ ਉੱਤੇ ਲੋਕ ਲੱਗਦੇ ਹੋਣੇ ਇਹਨਾਂ ਨੂੰ ਘਰ ਦੀ ਮਾਈ ਦੇ ਹੱਥ ਚ ਚਾਬੀਆਂ ਹੋਣੀਆਂ ਵਾ ਜੇ ਕਹਿੰਦੀ ਹੋਣੀ ਐ ਨਿਆਣਾ ਕੋਈ ਇਸ ਕਮਰੇ ਚ ਨਾ ਜਾਵੇ ਇਸ ਕਮਰੇ ਚ ਭਾਈ ਸਿਆਣਾ ਹੀ ਬੰਦਾ ਜਾਵੇ ਛੱਤ ਦੇ ਹਾਲ ਇਹਨੇ ਮਾੜੇ ਕੇ ਬਹੁਤ ਧਿਆਨ ਦੇ ਨਾਲ ਉਹ ਵੀਰ ਹੀ ਸਾਨੂੰ ਦੱਸਦਾ ਕਿਥੋਂ ਕਿਥੋਂ ਦੀ ਲੰਗੋ ਕਿਉਂਕਿ ਜਿਹੜੀ ਛੱਤ ਵਿੱਚੋਂ ਡਿੱਗ ਸਕਦੀ ਹੈ ਅੱਛਾ ਇੱਧਰ ਵੀ ਰਸਤਾ ਹੈ ਆਪਾਂ ਹੁਣ ਆ ਵੀ ਛਤਾਂ ਦਾ ਤੇ ਮਾੜਾ ਹੀ ਹਾਲ ਆ ਕੀ ਹੋਇਆ ਇਹ ਤੇ ਰੈਸ਼ ਜਿਹੜੀ ਕੀਤੀ ਹੁੰਦੀ ਸੀ ਹਾਂਜੀ ਹਾਂਜੀ ਆ ਹੁਣ ਥੱਲੇ ਕਿਉਂ ਤਰਪਾਲ ਵਿਛਾਈ ਹੈ ਵੀ ਥੱਲੇ ਜਿਹੜਾ ਕੈਮਰਾ ਨਾਲ ਉੱਤਰ ਦੀ ਬਾਰਿਸ਼ ਹੁੰਦੀ ਹੈ ਨਾ ਥੱਲੇ ਨਾ ਜਾਵੇ ਪਾਣੀ ਅੱਛਾ ਉੱਤੋਂ ਤੇ ਆ ਪਰ ਜਿੱਦਣ ਆ ਡਿੱਗਾ ਉਤੋਂ ਇਹਨੇ ਥੱਲੇ ਦੀ ਛੱਤ ਵੀ ਨਾਲ ਹੀ ਸੁੱਟ ਦੇਣੀ ਹੈ ਜਿਹੜੀ ਆਪਣੀ ਵੱਡੇ ਛਤੀਆਂ ਦੇ ਵਿੱਚ ਛਾਤਾਂ ਨਾਲ ਉਹ ਲਿਫ ਚੁੱਕੀ ਹੈ ਵਿੱਚੋਂ ਤੇ ਵੀਰਾਂ ਨੇ ਨਾ ਕੀਤਾ ਵਾ ਥੱਲੇ ਤਰਪਾਲ ਵਿਛਾਈ ਆ ਵੇਖੋ ਵੀ ਉਤੋਂ ਪਾਣੀ ਨਾ ਆਵੇ ਤੇ ਮੈਂ ਤੇ ਇਹ ਕਹਿੰਦਾ ਜਿੱਦਣ ਛਾਤੀ ਉਤੋਂ ਆ ਗਈ ਡਿੱਗ ਗਈ ਤੇ ਉਹ ਤੇ ਥੱਲੇ ਦੀ ਛੱਤ ਵੀ ਇਹਨੇ ਸੁੱਟ ਦੇਣੀ ਸਾਰੀ ਜੀਆਂ ਦਾ ਨੁਕਸਾਨ ਨਾ ਹੋ ਜੇ ਬਾਕੀ ਤੇ ਕੋਈ ਗੱਲ ਨਹੀਂ ਆਹ ਵੇਖੋ ਪਰਛਤੀਆਂ ਤੇ ਕਿੰਨੇ ਆ ਇੱਥੇ ਬਣੇ ਹੋਏ ਘੁਰਨੇ ਜੇ ਫੋਟੋਆਂ ਛੋਟਾਂ ਲਾਉਣ ਵਾਸਤੇ ਬਾਲੀ ਟਾਵਰ ਸੀ ਇਹ ਨਾ ਕਰਾਂ ਦੀ ਅੱਛਾ ਇੱਧਰ ਚੱਕੀ ਸੀ ਹਾਂ ਚੱਕੀ ਸੀ ਉਹਨਾਂ ਦੀ ਪਹਿਲਾਂ ਜਨ ਜਾਂ ਹੈ ਬਾਅਦ ਇੱਥੇ ਤੁਹਾਡਿਆਂ ਦੀ ਹੁੰਦੀ ਫਿਰ ਇੱਥੇ ਬਾਅਦ ਜਿਹੜੇ ਸਾਡੇ ਮੁਸਲਮਾਨ ਭਰਾ ਆਹੀ ਉਹਨਾਂ ਦੀ ਵੀ ਚੱਕੀ ਬਾਅਦ ਬਣਾਈ ਇੱਥੇ ਹਾਂਜੀ ਫਿਰ ਗਿਆ ਉਹਨਾਂ ਛੱਤ ਟੈਗੀ ਉਹਨਾਂ ਫਿਰ ਖਤਮ ਗਾ ਦਿੱਤੇ ਆ ਕਿਲੀਆਂ ਕਿਲੀਆਂ ਅਜੇ ਵੀ ਉਹੋ ਹੀ ਜੇ ਤੁਹਾਡੀਆਂ ਨੇ ਹਾਂ ਹਾਂ ਵੀਰ ਕਹਿੰਦਾ ਕਿਲੀਆਂ ਤੁਹਾਡੀਆਂ ਵਾ ਉਥੋਂ ਵੀ ਪੁੱਟੀ ਗਈ ਕਿਲੀ ਉਹ ਹੈਗੀ ਉਧਰ ਇਸ਼ਾਰਾ ਕਰਨ ਦਿਆ ਹੈ ਅੱਛਾ ਉਧਰ ਵੀ ਕਿਲੀਆਂ ਹੈਗੀਆਂ ਤੇ ਆ ਵੇਖੋ ਇੱਥੇ ਦੀਵੇ ਜਗਦੇ ਹੋਣੇ ਆ ਤੇ ਉਦੋਂ ਕਹਿੰਦੇ ਹੋਣੇ ਦੀਵਾ ਇੱਕ ਦਰਵਾਜੇ ਤੇ ਇਧਰ ਰੱਖ ਤੇ ਇੱਕ ਉਧਰ ਰੱਖ ਫੇਰ ਟੌਰ ਬਣਦੀ ਪੂਰੀ ਇਹ ਹੁਣ ਇਹ ਨਹੀਂ ਪਤਾ ਵੀ ਇਹ ਹਵੇਲੀ ਗੁਰੂ ਘਰ ਦਾ ਹੀ ਸਾਈਕੇ ਜਾਂ ਨਾਲ ਹੀ ਵੈਸੇ ਸਮਝ ਨਹੀਂ ਆਉਂਦੀ ਪਰ ਚਲੋ ਹੁਣ ਤਾਂ ਆ ਵੇਖੋ ਮੰਜਾ ਉੱਤੇ ਲਾਇਆ ਇੱਥੇ ਹੀ ਆਰਾਮ ਕਰਦੇ ਆ ਨਾਲ ਹੀ ਟਾਇਲਟ ਬਣਾ ਕੇ ਤੋੜ ਛੜੇ ਆ ਹੁਣ ਆ ਪੌੜੀਆਂ ਆ ਗਈਆਂ ਆ ਚਾਬੀ ਇਹ ਦਰਵਾਜੇ ਮੇ ਲੱਗਾ ਪਿਛਲੇ ਪਾਸੇ ਨੂੰ ਮੈਂ ਦੇਖਿਆ ਸੀ ਸੋ ਕਮਰੇ ਦੇ ਬਹੁਤੇ ਜਿਆਦੇ ਆ ਉਹ ਵੀ ਕਮਰਾ ਇੱਧਰ ਵੀ ਕਮਰਾ ਉਧਰ ਵੀ ਕਮਰਾ ਆ ਸਾਹਮਣੇ ਬਰਾਂਡਾ ਇਹ ਟਿਪੀਕਲ ਜਿਹੜੇ ਘਰ ਹੁੰਦੇ ਨੇ ਨਾ ਪਹਿਲਾਂ ਪਿੱਛੇ ਕਮਰੇ ਅੱਗੇ ਇੱਕ ਸੋਹਣਾ ਬਰਾਂਡਾ ਆ ਥੰਮਾ ਹਵੇਲੀ ਦੀ ਲੁੱਕ ਪੂਰੀ ਆ ਸਾਹਮਣੇ ਵੇੜਾ ਉਧਰ ਫੇਰ ਵੇਖੋ ਕਮਰੇ ਆ ਪਰਾਂ ਤੇ ਬਰਾਂਡਾ ਆ ਉਹ ਪੌੜੀਆਂ ਚੜਦੀਆਂ ਉੱਪਰ ਨੂੰ ਤੇ ਆ ਘਰ ਦੀ ਮੇਨ ਐਂਟਰੈਂਸ ਉਧਰੋਂ ਕੀਤੀ ਜਿਵੇਂ ਆ ਮੇਨ ਐਂਟਰੈਂਸ ਤੇ ਨਾ ਬੁੱਤ ਜਿਆ ਬਣਿਆ ਆ ਬੰਦੇ ਦਾ ਤੇ ਹੁਣ ਤੇ ਥੰਮ ਉਧ ਇਧਰ ਹੈਗਾ ਇਧਰ ਤੇ ਵੱਡਾ ਥਾਮੀ ਡਿੱਗ ਚੁੱਕਾ ਉਹਦੇ ਉੱਤੇ ਵੀ ਬਣਿਆ ਹੋਣਾ ਸੀ ਸੋ ਆਹੀ ਮੇਨ ਇੰਟਰੈਂਸ ਹੈ ਜੀ ਹੁਣ ਅਸੀਂ ਦਫਤੂ ਪਿੰਡ ਤੋਂ ਬਾਹਰ ਨਿਕਲ ਆਏ ਤੇ ਮੈਨੂੰ ਯਾਦ ਆਇਆ ਕਿ ਦਲਵੀਰ ਸਿੰਘ ਪੰਨੂ ਹੁਣਾਂ ਨੇ ਨਾ ਦਾ ਲੌਸਟ ਹੈਰੀਟੇਜ ਦੇ ਵਿੱਚ ਜ਼ਿਕਰ ਕੀਤਾ ਹੈ ਇੱਕ ਗੱਲ ਦਾ ਕਿਉਂਕਿ ਬਾਬਾ ਬੁੱਲੇ ਸ਼ਾਹ ਜੀ ਕਸੂਰ ਦੇ ਰਹਿਣ ਵਾਲੇ ਸਨ ਉਹ ਇੱਕ ਵਾਰ ਕਿਤੇ ਉਹਨਾਂ ਨੇ ਕੋਈ ਐਸੀ ਗੱਲ ਕਰ ਦਿੱਤੀ ਕਿਉਂਕਿ ਬੇਪਰਵਾਹ ਸੀਗੇ ਨਾ ਬੇਪਰਵਾਹ ਸਦਾ ਰੰਗ ਹਰਕੇ ਜਾਕੋ ਪਾਕ ਸੁਆਮੀ ਉਹ ਜਿਹੜੇ ਉਹ ਰੱਬ ਦੇ ਭਗਤ ਹੁੰਦੇ ਉਹ ਡਰਦੇ ਨਹੀਂ ਹੁੰਦੇ ਕਿ ਤੋ ਉਹਨਾਂ ਨੇ ਕਿਹਾ ਇੱਕ ਵਾਰੀ ਕੋਈ ਗੱਲ ਕਰ ਦਿੱਤੀ ਤੇ ਜਿਹੜੀ ਉਥੋਂ ਦੀ ਮੁਸਲਮ ਕਮਿਊਨਿਟੀ ਸੀ ਉਹਨਾਂ ਦੇ ਮਗਰ ਲੱਗ ਗਈ ਉਦੋਂ ਉਹਨਾਂ ਨੇ ਲਿਖਿਆ ਜਿਵੇਂ ਬੁੱਕ 'ਚ ਕਿ ਬੁੱਲੇ ਸ਼ਾਹ ਜੀ ਇਸ ਗੁਰਦੁਆਰਾ ਸਾਹਿਬ ਆ ਗਏ ਸੀ ਕਹਿ ਲੋ ਸ਼ਰਨ ਲਈ ਇੱਥੇ ਆਏ ਇਥੋਂ ਦੀ ਕਮੇਟੀ ਨੂੰ ਉਹਨਾਂ ਮੁਸਲਮਾਨਾਂ ਨੇ ਕਿਹਾ ਕਿ ਇਹਨਾਂ ਨੂੰ ਸਾਡੇ ਹਵਾਲੇ ਕਰ ਦਿੱਤਾ ਜਾਵੇ ਪਰ ਕਮੇਟੀ ਨੇ ਕਿਹਾ ਨਹੀਂ ਜਿਹੜਾ ਗੁਰਦੁਆਰਾ ਸਾਹਿਬ 'ਚ ਆ ਗਿਆ ਉਹਨੂੰ ਕਿਸੇ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ ਸੋ ਬਾਬਾ ਬੁੱਲੇ ਸ਼ਾਹ ਜੀ ਵੀ ਇਸ ਗੁਰਦੁਆਰਾ ਸਾਹਿਬ ਚਾਹੀ ਸੀ ਇਹ ਉਹਨਾਂ ਨੇ ਲਿਖਿਆ ਹਾਂ ਬਿਲਡਿੰਗ ਹੋ ਸਕਦਾ ਉਦੋਂ ਇਹ ਨਾ ਹੋਵੇ ਇਸ ਤੋਂ ਪਹਿਲਾਂ ਕੋਈ ਹੋਵੇ ਇਥੋਂ ਫਿਰ ਇਹ ਵੀ ਇੱਕ ਗੱਲ ਜ਼ਾਹਿਰ ਹੁੰਦੀ ਆ ਕਿ ਇਹ ਸਥਾਨ ਬਹੁਤ ਪੁਰਾਣਾ ਹੋਏਗਾ ਗੁਰੂ ਸਾਹਿਬਾਂ ਦੇ ਸਮੇਂ ਦਾ ਹੀ ਹੋਵੇਗਾ ਜੇ ਨਹੀਂ ਵੀ ਕੋਈ ਇਤਿਹਾਸ ਪਤਾ ਤੇ ਜਾਂ ਤੇ ਉਸ ਵੇਲੇ ਕੋਈ ਕੋਈ ਮਹਾਨ ਸਿੱਖ ਗੁਰੂ ਸਾਹਿਬ ਜੀ ਦੇ ਸਮੇਂ ਤੇ ਜਾਂ ਗੁਰੂ ਸਾਹਿਬ ਇੱਥੇ ਆਏ ਹੋਣਗੇ ਉਹ ਗੁਰੂ ਸਾਹਿਬ ਜਾਣਣ ਹੁਣ ਸਾਡੀ ਯਾਤਰਾ ਇੱਥੋਂ ਅੱਗੇ ਨੂੰ ਸ਼ੁਰੂ ਹੋ ਰਹੀ ਹੈ ਜੀ ਕਸੂਰ ਵੱਲ ਨੂੰ ਇੱਕ ਐਸੀ ਫੋਟੋ ਸੀ ਜਿਹੜੀ ਮੈਂ ਬੜਾ ਲੰਮਾ ਸਮਾਂ ਵੇਖੀ ਸੀ ਪਹਿਲਾਂ ਤੇ ਉਸ ਦਿਨ ਹੀ ਖਿੱਚ ਪੈ ਗਈ ਸੀ ਕਿ ਮਹਾਰਾਜ ਉੱਥੇ ਜਾਣਾ ਹੁਣ ਇਸ ਤੋਂ ਬਾਅਦ ਅਸੀਂ ਉਸ ਥਾਂ ਤੇ ਜਾਣਾ ਹੈ ਜੀ